ਸੱਚੀ ਕਾਲਜੀ ਮੈ ਲਪਿਤਕਰ ਹਜ਼ਰ ਜੀ ਸੁਖਵੀਰ ਕੌਰ ਸੁਖ ਦੁਆਰਾ ਲਿਖਿਆ ਗਿਆ ਨਾਵਲ ਚਾਦਰ ਦਾ ਪਾਗ ਪਹਿਲਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੇੜੇ ਚ ਪਈ ਚੁਰੜੀਆਂ ਨਾਲ ਪਰਿਨਿਰਮਲ ਆਪਣੀ ਬੀਤੀ ਦੀਆਂ ਯਾਦਾਂ ਚ ਗੁੰਮ ਗਈ ਸੀ ਜਦੋਂ ਉਹਦਾ ਜਾਨ ਤੋਂ ਪਿਆਰਾ ਪ੍ਰੇਮ ਉਹਨੂੰ ਛੱਡ ਤੁਰ ਗਿਆ ਸੀ ਅੰਦਰ ਤੱਕ ਤਸੀਆਂ ਅੱਖਾਂ ਹੁਣ ਪਹਿਲਾਂ ਵਰਗੀਆਂ ਨਹੀਂ ਸੀ ਬਸ ਰੋਹੀ ਮੰਗੂ ਸੁੱਕ ਚੁੱਕੀਆਂ ਸੀ ਉਹਨੂੰ ਹੁਣ ਵੀ ਯਾਦ ਸੀ ਜਦ ਪ੍ਰੇਮ ਦਾ ਭੋਗ ਪਿਆ ਸੀ ਉਹ ਸੁੰਨੇ ਕਮਰੇ ਚ ਇਕੱਲੀ ਬੈਠੀ ਰੋ ਰਹੀ ਨਿੰਮੂ ਨੂੰ ਕੰਨ ਸੋਇਆ ਸੁਣ ਰਹੀਆਂ ਸੀ ਲੈ ਹੁਣ ਇਹ ਆਪਣੇ ਪੇਕੇ ਘਰ ਚਲ ਜੂ ਕੀ ਪਤਾ ਭੈਣੇ ਹਲਾ ਇੱਕ ਹੀ ਮਹੀਨਾ ਹੋਇਆ ਸੀ ਦੇਖ ਲੈ ਖਾ ਗਈ ਨਾ ਆਉਂਦੀ ਮੈਂ ਤਾਂ ਜਦੋਂ ਪ੍ਰੇਮ ਦੇ ਰਿਸ਼ਤੇ ਦੀ ਗੱਲ ਸਿੜੀ ਸੀ ਉਦੋਂ ਹੀ ਜਵਾਬ ਦਿੱਤਾ ਸੀ ਨਾ ਕਰੋ ਉੱਥੇ ਪਰੇ ਮੰਨੇ ਨੇ ਨਾ ਹੁਣ ਕਿਉਂ ਭੈਣੇ ਤੂੰ ਜਾਣਦੀ ਸੀ ਲੈ ਭੈਣੇ ਮੇਰੇ ਨਾਨਕੇ ਨੇ ਉਸ ਪਿੰਡ ਜਿੱਥੋਂ ਦੀ ਪ੍ਰੇਮੂ ਦੀ ਵੋਟੀ ਆ ਨਾਲੇ ਸੁਣੀ ਦਾ ਵੀ ਪ੍ਰੇਮੇ ਦੇ ਘਰਦਿਆਂ ਦੀ ਦੂਰ ਦੀ ਰਿਸ਼ਤੇਦਾਰੀ ਚੋਆ ਨਿੰਮੋ ਆਹੋ ਆਹੋ ਮੇਰੇ ਨਾਨਕੇ ਪਿੰਡੀ ਪ੍ਰੇਮੇ ਦੀ ਮਾਮੀ ਦੀ ਮਾਸੀ ਦੀ ਕੁੜੀ ਆ ਨਿੰਮੋ ਅੱਛਾ ਅੱਛਾ ਸਭ ਇੱਕ ਦੂਜੀ ਦੀ ਹਾਂ ਚ ਹਾਂ ਮਿਲਾਨ ਲੱਗੀਆਂ ਪਿੰਡ ਦੀ ਭੈਣ ਨਿੰਮੋ ਨੂੰ ਅੰਦਰੋਂ ਜਾ ਬਾਹਰ ਬੁਲਾਣ ਲਈ ਆ ਗਈ ਚਲਤੀਏ ਜਿਹੜੇ ਰਹਿੰਦੇ ਕਾਰਵਿਹਾਰ ਨੇ ਉਹ ਵੀ ਮੁਕਾ ਲਈਏ ਨੈਨੇ ਕੰਧ ਨਾਲ ਢੋ ਲਾਈ ਬੈਠੀ ਨਿੰਮੂ ਦੇ ਸਿਰ ਤੇ ਹੱਥ ਰੱਖਦੀ ਨੇ ਕਿਹਾ ਅੰਮਾ ਜੀ ਹੁਣ ਕੀ ਵਿਹਾਰ ਰਹਿ ਗਿਆ ਜਦ ਮੇਰਾ ਪ੍ਰੇਮਾ ਹੀ ਮੈਨੂੰ ਛੱਡ ਤੁਰ ਗਿਆ ਨਿੰਮੂ ਆਪਣੇ ਚਿਹਰੇ ਨੂੰ ਗੋਡਿਆਂ ਚ ਲੁਕਾਉਂਦੀ ਹੋਈ ਹੌਕੇ ਲੈ ਲੈ ਕਹਿ ਰਹੀ ਸੀ ਨਿੰਮੂ ਦਾ ਰੋ ਰੋ ਕੇ ਬੁਰਾ ਹਾਲ ਸੀ ਉਤੋਂ ਬਾਹਰ ਬੈਠੀਆਂ ਤੀਵੀਆਂ ਦੀਆਂ ਉਹੋ ਕੰਨ ਚਿਰਮਿਆ ਆਵਾਜ਼ਾਂ ਉਸ ਨੂੰ ਜ਼ਿੰਦਗੀ ਜਿਉਣ ਦਾ ਹੌਂਸਲਾ ਨਹੀਂ ਸੀ ਦੇ ਰਹੀਆਂ ਸਗੋਂ ਪੈਰ ਵੀ ਪੁੱਟਣੇ ਔਖੇ ਸੀ ਨੈਣ ਨੇ ਜਿੰਮੇ ਕਿਵੇਂ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਉਥਾਂ ਹੀ ਗਿਰ ਗਈ ਤੇ ਨੈਣ ਦੀ ਵਿੱਚ ਚੀਕ ਨਿਕਲ ਗਈ ਤੇ ਉਸ ਨੂੰ ਹਿਲਾਣਾ ਸ਼ੁਰੂ ਕੀਤਾ ਨਿੰਮੋ ਨਿੰਮੋ ਤੇ ਇਹ ਉੱਠ ਪੁੱਤ ਨਿੰਮੋ ਕਹਿੰਦੀ ਹੋਈ ਬਾਹਰ ਆ ਗਈ ਤੇ ਇੱਕ ਦੋ ਹੋਰ ਜਨਾਨੀਆਂ ਤੇ ਨਿੰਮੋ ਦੀ ਸੱਸ ਗੇਲੋ ਵੀ ਆ ਗਈ ਜੋ ਕਿ ਬਹੁਤ ਹੀ ਸਿਆਣੀ ਤੇ ਸੂਝਵਾਨ ਵਾਲੀ ਸੀ ਨਾ ਧੀਏ ਨਾ ਹੁਣ ਤੂੰ ਨਾ ਸੱਟ ਮਾਰ ਪਹਿਲਾਂ ਹੀ ਮੇਰਾ ਪੁੱਤ ਕਲੇਜਾ ਚੀੜ ਸੁੱਟ ਲਿਆ ਹੈ ਮੂੰਹ ਚ ਚਮਚੀ ਨਾਲ ਪਾਣੀ ਪਾਉਂਦੀ ਹੋਈ ਗੀਲੂ ਨੇ ਨਿੰਮੂ ਦੇ ਸਿਰ ਨੂੰ ਸੰਭਾਲਿਆ ਤੇ ਆਪਣੀ ਗੋਦੀ ਚ ਸਿਰ ਰੱਖ ਲਿਆ ਬੀਬੀ ਬੀਬੀ ਮੈਂ ਮੈਂ ਇਨਾ ਕਹਿੰਦੇ ਨਿੰਮੂ ਨੂੰ ਦੰਦਲ ਪੈ ਗਈ ਉੱਥੇ ਖੜੀਆਂ ਸਭ ਤ੍ਰਿਮਤਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੋਲੀ ਬੈਠੀ ਨੈਣ ਬੇਬੇ ਬਚਨੀ ਨੇ ਚਮਚਾ ਫੜਿਆ ਤੇ ਮੂੰਹ ਚ ਪਾ ਮੂੰਹ ਪਟਿਆ ਤੇ ਹੌਲੀ-ਹੌਲੀ ਨਿੰਮੋ ਹੋਸ਼ ਆ ਗਈ ਕੋਈ ਨਿੰਮੋ ਦੇ ਹੱਥ ਮਲਣ ਦੀ ਕੋਸ਼ਿਸ਼ ਕਰ ਰਹੀ ਤੇ ਕੋਈ ਪੈਰ ਤਾਂ ਅਚਾਨਕ ਬਾਹਰ ਤੋਂ ਇੱਕ ਆਵਾਜ਼ ਨੇ ਸਭ ਦੇ ਹੱਥ ਰੋਕ ਦਿੱਤੇ ਲਿਆਓ ਭਾਈ ਗੁੱਡੀ ਨੂੰ ਭਾਈ ਜੀ ਆਈ ਬੈਠੇ ਨੇ ਹੋਰ ਸਮਾਂ ਨਾ ਖਰਾਬ ਕਰੋ ਇਹ ਆਵਾਜ਼ ਨਿੰਮੋ ਦੇ ਸਹਰੇ ਦੀ ਸੀ ਤਾਂ ਨਿੰਮੋ ਦੀ ਸੱਸ ਤੇ ਬੇਬੇ ਬਚਨੀ ਨੇ ਉਸ ਨੂੰ ਦੋਹਾਂ ਪਾਸਿਆਂ ਤੋਂ ਸਹਾਰਾ ਦਿੱਤਾ ਤਾ ਕਿ ਉਸ ਨੂੰ ਬਾਹਰ ਲੈ ਜਾ ਸਕਨ ਪਰ ਨਿੰਮੋ ਦਾ ਤਾਂ ਜਿਵੇਂ ਸਰੀਰ ਬਰਫ਼ ਹੋ ਗਿਆ ਸੀ ਉਸ ਤੋਂ ਪੈਰ ਨਹੀਂ ਸੀ ਪੱਟੇ ਜਾ ਰਹੇ ਅੱਖਾਂ ਵਿੱਚੋਂ ਵਗਦੇ ਨੀਰ ਉਸ ਦੇ ਗੱਲਾਂ ਤੋਂ ਦੀ ਹੁੰਦੇ ਹੋਏ ਗਲੇ ਤੱਕ ਆ ਰਹੇ ਸੀ ਲਜਾ ਇੱਕ ਬਿਸ਼ੀ ਹੋਈ ਚਾਦਰ ਤੇ ਬਿਠਾ ਦਿੱਤਾ ਪਰ ਨਿੰਮੋ ਦਾ ਸਰੀਰ ਤਾਂ ਜਿਵੇਂ ਬੈਠਣ ਦੀ ਹਾਲਤ ਚ ਹੀ ਨਹੀਂ ਸੀ ਤਾ ਬੇਬੇ ਬਚਨੀ ਨੇ ਨਿੰਮੋ ਦੀ ਸੱਸ ਗੇਲੂ ਨੂੰ ਸਹਾਰਾ ਦੇਣ ਲਈ ਕਿਹਾ ਤੇ ਉਹ ਪਿੱਛੇ ਤੋਂ ਥੋੜਾ ਫੜ ਕੇ ਬੈਠ ਗਈ ਬੈੱਡ ਤੇ ਲਟਾ ਦਿੱਤਾ ਪਰ ਉਸ ਅੰਦਰ ਤਾਂ ਜਿਵੇਂ ਬੋਲਣ ਹਿਲਣ ਤੇ ਚੱਲਣ ਦੀ ਸ਼ਕਤੀ ਖਤਮ ਹੋ ਗਈ ਸੀ ਇੰਜੇ ਕਈ ਦਿਨ ਬੀਤ ਗਏ ਤਾਂ ਯੋਧਾ ਸਕੂਲ ਤੋਂ ਪੜ੍ਹ ਕੇ ਵਾਪਸ ਆਇਆ ਤਾਂ ਆਉਂਦੇ ਹੀ ਗੁੱਸੇ 'ਚ ਚੌਂਕੀ 'ਚ ਬੈਠੀ ਆਪਣੀ ਮਾਂ ਕੋਲ ਜਾ ਖੜਿਆ ਤੇ ਕੱਲ ਹੀ ਨਿੰਮੂ ਵੀ ਬੈਠੀ ਸੀ ਜੋ ਹੁਣ ਥੋੜੀ ਥੋੜੀ ਠੀਕ ਹੋ ਰਹੀ ਸੀ ਨਿੰਮੂ ਦੇ ਹੱਥ 'ਚ ਚੂੜੀ ਪਾ ਦਿੰਦੀ ਤੇ ਉੱਪਰ ਇੱਕ ਚਾਦਰ ਓੜ ਦਿੰਦੀ ਗਈ ਨਿੰਮੂ ਬੇਸੁੱਦ ਬੈਠੀ ਸੀ ਉਸ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ ਤਾਂ ਭਾਈ ਜੀ ਨੇ ਸਭ ਦੀ ਹਾਜ਼ਰੀ ਵਿੱਚ ਪਾਠ ਕਰਨ ਉਪਰੰਤ ਅਰਦਾਸ ਕੀਤੀ ਤਾਂ ਪ੍ਰੇਮੇ ਦੇ ਛੋਟੇ ਪਰਾਜੋਦ ਸਿੰਘ ਨੇ ਜੋ ਕਿ 14 ਸਾਲਾਂ ਦਾ ਸੀ ਚਾਦਰ ਉਤਾਰ ਦਿੱਤੀ ਜੋ ਕਿ ਆਪ ਵੀ ਨਹੀਂ ਸੀ ਜਾਣਦਾ ਕਿ ਕੀ ਹੋ ਰਿਹਾ ਤੇ ਦੋਹਾਂ ਦਾ ਵਿਆਹ ਸੰਪੰਨ ਹੋ ਗਿਆ ਸਭ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਤੇ ਨਿੰਮੂ ਨੂੰ ਜਿਉਂ ਦੀ ਤਿਉਂ ਠਾਇਆ ਤਾਂ ਉਸੇ ਕਮਰੇ ਦੀ ਜੋਦੇ ਦੀ ਮੰਗ ਗੀਲੋ ਨੂੰ ਸਮਝਣ ਚ ਕੋਈ ਜ਼ਿਆਦਾ ਸਮਾਂ ਨ ਲੱਗਿਆ ਕਿ ਜੋਦਾ ਸਭ ਕੁਝ ਜਾਣ ਚੁੱਕਿਆ ਹੈ ਚਾਦਰ ਪਾਉਣ ਵਾਲੇ ਰਿਵਾਜ ਬਾਰੇ ਉਸ ਸਮੇਂ ਜੋਦਾ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਪਰ ਇਹਨਾਂ ਰੀਤ ਰਿਵਾਜਾਂ ਬਾਰੇ ਵਾਲੀ ਜਾਣਕਾਰੀ ਨਾ ਹੋਣ ਕਾਰਨ ਉਹ ਨਹੀਂ ਸੀ ਸਮਝ ਸਕਿਆ ਕਿ ਉਸ ਦੇ ਪ੍ਰਾਪਰੇਮ ਦੇ ਭੋਗ ਵਾਲੇ ਦਿਨ ਇਹ ਕੀ ਹੋਇਆ ਸੀ ਪਰ ਕਹਿੰਦੇ ਨੇ ਸਮਾਂ ਬੜਾ ਬਲਵਾਨ ਹੁੰਦਾ ਏ ਤੇ ਸੱਚ ਕਦੇ ਨਹੀਂ ਲੁਕਿਆ ਤੇ ਉਹ ਯੋਧੇ ਦੇ ਸਾਹਮਣੇ ਸੀ ਤੇ ਉਹ ਇਹ ਸਭ ਕਬੂਲ ਵੀ ਨਹੀਂ ਸੀ ਕਰ پا ਰਿਹਾ ਤੇ ਆਪਣੀ ਬੇਬੇ ਗੇਲੋ ਨਾਲ ਗੱਲ ਕਰਨ ਲੱਗ ਪਿਆ ਬੇਬੇ ਆ ਕੀ ਕੀਤਾ ਤੁਸੀਂ ਨੇ ਮੇਰੀ ਜ਼ਿੰਦਗੀ ਨਾਲ ਲੈ ਹਾਂ ਪੁੱਤ ਅਸੀਂ ਭਲਾ ਕੀ ਕੀਤਾ ਕੀ ਕਹਿ ਰਿਹਾ ਹੈ ਤੂੰ ਬੇਬੇ ਸਭ ਜਾਣਦਾ ਮੈਂ ਤੁਸੀਂ ਹੁਣ ਲੁਕੋ ਨਾ ਜੋ ਕੀਤਾ ਸਭ ਤੁਸੀਂ ਬੀਰਵਲੇ ਸਿਵੇ ਦੀ ਰਾਖ ਵੀ ਨਹੀਂ ਠੰਡੀ ਪੈਣ ਦਿੱਤੀ ਤੇ ਇਹ ਸਭ ਕਰ ਦਿੱਤਾ ਯੋਧੇ ਨੇ ਆਪਣੇ ਭਰੇ ਹੋਏ ਮਨ ਨਾਲ ਕਿਹਾ ਨਾ ਪੁੱਤ ਫਿਰ ਕੀ ਕਰਦੇ ਨਿੰਮੋ ਦਾ ਉਸ ਘਰ ਫਿਰ ਵਾਪਸ ਮੋੜ ਦਿੰਦੇ ਤੇਰੇ ਹੁੰਦੇ ਹੋਏ ਕਿਹਨੇ ਜੱਗ ਹਸਾਈ ਨੂੰ ਚੱਲਣਾ ਸੀ ਤੇਰੇ ਬਾਬੇ ਨੇ ਤੂੰ ਜਾਣਾ ਵੀ ਤਰਲੇ ਲੈਂਦੀ ਹੋਈ ਗੇਲੂ ਨੇ ਜੋਦੇ ਨੂੰ ਸਮਝਾਉਂਦੀ ਨਾਕਾਮ ਕੋਸ਼ਿਸ਼ ਕੀਤੀ ਬਸ ਬੇਬੇ ਬਸ ਜ਼ਮਾਨਾ ਹੁਣ ਉਹ ਨਹੀਂ ਰਿਹਾ ਜੋ ਪਹਿਲਾਂ ਸੀ ਤੇ ਤੁਸੀਂ ਹੁਣ ਵੀ ਉਹੀ ਰੀਤ ਰਿਵਾਜ ਕਿ ਤੁਸੀਂ ਭਾਬੀ ਨੂੰ ਇਸ ਬਾਰੇ ਪੁੱਛਿਆ ਸੀ ਹਾਈਵੇ ਟੱਬ ਜਾਣਿਆ ਉਹ ਤੇਰੀ ਹੁਣ ਘਰ ਵਾਲੀ ਆ ਹੋਨਾ ਆਖ ਪਰਜਾਈ ਗੀਲੋ ਥੋੜੇ ਗੁੱਸੇ ਨਾਲ ਬੋਲ ਪਈ ਤਾਂ ਜੋਦਾ ਉੱਠ ਕੇ ਬਾਹਰ ਨਿਕਲਿਆ ਤੇ ਆਪਣੀ ਸਾਈਕਲ ਚੁੱਕ ਕੇ ਪਿੰਡ ਦੇ ਅਮਰੂਦਾਂ ਦੇ ਬਾਗ ਜੋ ਕਿ ਪਿੰਡ ਦੇ ਕਹਿੰਦੇ ਕਹਾਉਂਦੇ ਸਰਦਾਰ ਕੇਰ ਸਿੰਘ ਦਾ ਉੱਥੇ ਜਾ ਬੈਠਾ ਅਕਸਰੀ ਉਸ ਦਾ ਬਾਬਾ ਇਸ ਪਾਸੇ ਮੱਝਾਂ ਚਰਾਉਣਾ ਆਉਂਦਾ ਹੁੰਦਾ ਸੀ ਸ਼ਾਇਦ ਇਹ ਸੇ ਆਸ 'ਚ ਆਇਆ ਸੀ ਕਿ ਆਪਣੇ ਬਾਬੇ ਨਾਲ ਗੱਲ ਕਰ ਸਕਾਂ ਪਰ ਬਾਬਾ ਸ਼ਾਇਦ ਅੱਜ ਕਿਸੇ ਓਰੀ ਪਾਸੇ ਸੀ ਸ਼ਾਮਾਂ ਪੈ ਚੁੱਕੀਆਂ ਸੀ ਕਿਹ ਹਾਲਤ ਇਕ ਵਾਪਸ ਨਹੀਂ ਸਿਆਇਆ ਕਿੰਨਾ ਇਹ ਸਮਾ ਅਮਰੂਦ ਦੇ ਦਰਖਤ ਪੂੰਜੇ ਬੈਠਾ ਸੋਚਦਾ ਰਿਹਾ ਤਾਂ ਪਿੱਛੋਂ ਇੱਕ ਆਵਾਜ਼ ਉਸਦੀ ਕੰਨੀ ਪਈ ਤੂੰ ਇੱਥੇ ਜੋਦੇ ਆ ਕੀ ਕਰਦਾ ਜੋਦੇ ਦਾ ਬਾਪੂ ਕਹਿਲੂ ਕੋਲਾ ਕੀ ਬੋਲਿਆ ਤੇਰਾ ਹੀ ਰਾਹ ਵੇਖਦਾ ਸੀ ਬਾਬਾ ਤੇ ਤੂੰ ਤਾਂ ਅੱਜ ਬੇਲਿਆਂ ਚ ਅੱਗੇ ਹੀ ਲੰਘ ਗਿਆ ਸੀ ਲੱਗਦਾ ਨਾ ਪੁੱਤ ਜੋਦੇ ਅੱਜ ਇਸ ਪਾਸੇ ਮੁੜਦਾ ਹੋਇਆ ਆਇਆ ਜਾਂ ਲੱਗੇ ਦੂਜੇ ਪਾਸੇ ਹੋ ਗਿਆ ਸੀ ਤੂੰ ਦੱਸ ਇੱਥੇ ਕਿਉਂ ਬੈਠਾ ਕਹਿੰਦਾ ਹੋਇਆ ਜੋਦੇ ਦਾ ਬਾਪੂ ਬੈਠਿਆ ਤੇ ਮੱਜੀਆਂ ਵੀ ਤੁਰੀਆਂ ਫਿਰਦੀਆਂ ਥੱਕਿਆ ਹੋਣ ਕਰਕੇ ਉੱਥੇ ਹੀ ਬੈਠ ਗਈਆਂ ਬਾਬਾ ਮੈਂ ਕੁਝ ਕਹਿਣਾ ਸੀ ਮੇਰੇ ਤੇ ਨਿੰਮੋ ਭਾਬੀ ਬਾਰੇ ਜੋਦੇ ਦੇ ਭਾਬੀ ਲਫ਼ਜ਼ ਕਹਿੰਦੇ ਬਾਬਾ ਕੈਲੂ ਸਾਰੀ ਬਾਤ ਬੁੱਝ ਗਿਆ ਸੀ ਕਿ ਕੀ ਗੱਲ ਕਰਨੀ ਆ ਜੋਦੇ ਨੇ ਪਰ ਫਿਰ ਵੀ ਉਸਨੇ ਉਸਦੀ ਗੱਲ ਕਹਿਣ ਤੋਂ ਪਹਿਲਾਂ ਜੋਦੇ ਦੀ ਗੱਲ ਸੁਣਨੇ ਮਨਸਿਫ਼ ਸਮਝੀ ਹਾਂ ਦੱਸ ਪੁੱਤਰਾ ਕੀ ਕਹਿਣਾ ਚਾਹਣਾ ਬਾਬਾ ਆ ਜੋ ਰਿਵਾਜ ਰਿਵੂਜ ਨੇ ਨਾ ਮੈਂ ਨਹੀਂ ਮੰਨਦਾ ਮੈਂ ਮੇਕੇ ਮੈਂ ਪਰਜਾਈ ਨੂੰ ਘਰ ਵਾਲੀ ਮੰਨ ਲਵਾਂ ਮੈਂ ਸਮਝ ਸਕਦਾ ਜੋ ਤੇ ਆ ਤੇਰੀ ਗੱਲ ਪਰ ਇਹ ਸਦੀਆਂ ਤੋਂ ਚੱਲੀ ਆ ਰਹੀ ਰੀਤ ਆ ਛੇ ਤੇਰੇ ਨਾਲ ਨਾ ਵੀ ਕਰਦਾ ਤਾਂ ਕਿਸੇ ਹੋਰ ਵੀ ਵਿਆਹ ਆਉਣਾ ਸੀ ਜਾਂ ਫਿਰ ਆਪਣੀ ਕਿਸੇ ਸ਼ਰੀਕ ਚ ਹੋ ਜਾਂਦਾ ਤਾਂ ਕੀ ਕਹਿੰਦੇ ਲੋਕ ਕੈਲੂ ਦੇ ਘਰ ਦੀ ਇੱਜ਼ਤ ਫਲਾਣਾ ਵਿਆਂ ਚੱਲਿਆ ਮੰਨਿਆ ਤੂੰ ਪੜ ਲਿਖ ਗਿਆ ਪਰ ਇਹ ਰੀਤੀ ਰਿਵਾਜ ਲਈ ਸਦਾ ਹੀ ਅਨਪੜ ਰਹੇਗਾ ਇਹ ਨਹੀਂ ਬਦਲ ਸਕਦੇ ਬਾਬੇ ਸਾਰੀ ਬਾਤ ਸਮਝਾਈ ਮੈਂ ਨਹੀਂ ਮੰਨਦਾ ਇਹ ਰਿਵਾਜ ਮੈਂ ਬਦਲਾਂਗਾ ਇਹਨਾਂ ਨੂੰ ਇਹਨਾਂ ਆਖ ਜੋਦਾ ਉੱਥ ਉੱਠ ਆਪਣੀ ਸਾਈਕਲ ਸੰਭਾਲ ਘਰ ਨੂੰ ਤੁਰ ਪਿਆ ਇੱਕ ਇੱਕ ਕਰਕੇ ਦਿਨ ਲੰਘੇ ਫਿਰ ਮਹੀਨੇ ਤੇ ਆਖਿਰ ਤੀਆਂ ਆ ਗਈਆਂ ਜਦ ਨਿੰਮੋ ਨੂੰ ਉਸਤੇ ਪੀਕੇ ਕਰ ਪਹਿਲੇ ਸੌਣ ਤੁਰਨ ਦੀ ਤਿਆਰੀ ਸੀ ਨਿੰਮੋ ਦਾ ਕੋਈ ਭਰਾ ਨਹੀਂ ਸੀ ਤੇ ਉਸ ਦਾ ਬਾਪੂ ਉਸ ਨੂੰ ਸੌਣ ਦੇ ਮਹੀਨੇ ਚ ਲੈਣ ਲਈ ਆਇਆ ਸੀ ਸੋਹਰੇ ਕਿਲੂ ਤੇ ਸੱਸ ਗੀਲੂ ਨੇ ਪਿਆਰ ਤੇ ਦਵਾਵਾਂ ਦੇ ਉਸ ਨੂੰ ਵਿਦਾ ਕੀਤਾ पर जोदा कर नहीं सी निमों ਘਰੋਂ ਪੈਰ ਬਾਹਰ ਪੁੱਟਦੀ ਹੋਈ ਇੰਜ ਪਿੱਛੇ ਵੇਖ ਰਹੀ ਸੀ ਜਿਵੇਂ ਪ੍ਰੇਮ ਉਸ ਨੂੰ ਵੇਖ ਕੇ ਕਹਿ ਰਿਹਾ ਹੋਵੇ ਉਦਾਸ ਨਾ ਹੋਵੀ ਮੈਂ ਆ ਜਾਣਾ ਛੇਤੀ ਦੇਖੀ ਤੈਨੂੰ ਲੈਣ ਵੇਖੀ ਕਿਤੇ ਸਖੀਆਂ ਚ ਮੇਰਾ ਚੇਤਾ ਹੀ ਭੁਲਾ ਦੇਵੇਂ ਅਗੋਂ ਨਿਮੋ ਵੀ ਵੇਖ ਕੇ ਚੁੱਪਚਾਪ ਆਪਣਾ ਤੋਤੇ ਦੀ ਕਢਾਈ ਵਾਲਾ ਚੋਲਾ ਸਾਮ ਬਾਪੂ ਦੇ ਪਿੱਛੇ ਸਾਈਕਲ ਤੇ ਬੈਠ ਗਈ ਪਿੰਡ ਜਾਂਦੇ ਸਭੇ ਰਸਤੇ 'ਚ ਜਦੋਂ ਬਾਪੂ ਥੱਕ ਗਿਆ ਤਾਂ ਥੋੜੀ ਦੇਰ ਦਮ ਲੈਣ ਲਈ ਨਿਮੋ ਹੀਠ ਬੈਠ ਗਈ ਨਿੰਮੂ ਨੂੰ ਉਦਾਸ ਤੇ ਉੱਜੜੇ ਹੋਏ ਰੇਗਿਸਤਾਨ ਵਰਗੀਆਂ ਲੱਗਦੀਆਂ ਉਸ ਦੀਆਂ ਅੱਖਾਂ ਵੱਲ ਵੇਖ ਕੇ ਬਾਪੂ ਨੇ ਕਿਹਾ ਕੀ ਗੱਲ ਕੁੜੇ ਚੁੱਪਚਾਪ ਬੈਠੀ ਆ ਐਡੀ ਉਦਾਸ ਚਿੱਤ ਆ ਆਖਿਆ ਕਿਸੇ ਨੂੰ ਕੁਝ ਤਾਂ ਦੱਸ ਤੀਏ ਨਾ ਬਾਪੂ ਮੈਨੂੰ ਕੀ ਨਹੀਂ ਕਹਿਣਾ ਬੇਬੇ ਬਾਪੂ ਵਾਲੇ ਚੰਗੇ ਨੇ ਮੈਂ ਬਹੁਤ ਖੁਸ਼ ਆ ਪ੍ਰੇਮ ਦੇ ਪਿਆਰ ਨੂੰ ਲੁਕੋ ਕੇ ਨਿੰਮੂ ਨੇ ਕਿਹਾ ਉਹ ਤੇ ਠੀਕ ਆ ਪਰ ਕੀ ਜੋ ਇਹਨਾਂ ਕਹਿੰਦਾ ਹੋਇਆ ਬਾਪੂ ਚੁੱਪ ਕਰ ਗਿਆ ਕਿ ਹੋ ਆਪਣੀ ਤੀਨੂ ਜੋਦੇ ਬਾਰੇ ਕਿਵੇਂ ਪੁੱਛੇ ਥੋੜੀ ਦੇਰ ਆਰਾਮ ਕਰ ਦੋਨੋਂ ਪਿਓ ਤੀ ਆਪਣੀ ਮੰਜ਼ਲ ਵੱਲ ਨੂੰ ਬਦਨ ਲੱਗੇ ਤਾਂ ਸ਼ਾਮਾਂ ਹੋਣ ਤੋਂ ਪਹਿਲਾਂ ਪਹਿਲਾਂ ਪਹੁੰਚ ਗਏ ਨਿੰਮੋ ਘਰ ਪਹੁੰਚੀ ਤਾਂ ਆਪਣੀ ਮਾਂ ਦੇ ਗਲ ਲੱਗ ਬਹੁਤ ਰੋਈ ਤਾਂ ਮਾਂ ਤੋਂ ਰਹਿ ਨਾ ਹੋਇਆ ਤੇ ਕਿਹਾ ਨਾ ਧੀਏ ਇੰਜ ਨਾ ਰੋ ਮੈਨੂੰ ਪਤਾ ਤੈਨੂੰ ਪ੍ਰੇਮ ਦਾ ਦੁੱਖ ਸਤਾ ਰਿਹਾ ਪਰ ਹੁਣੀ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੌਲੀ ਹੌਲੀ ਸਭ ਠੀਕ ਹੋ ਜਾਣਾ ਬਸ ਉਸ ਮਾਲਕ ਤੇ ਭਰੋਸਾ ਰੱਖ ਮਾ ਨੇ ਆਪਣੀ ਬੁੱਕਲ ਚ ਸਮੀਟਦੇ ਹੋਏ ਨਿੰਮੂ ਨੂੰ ਆਖਿਆ ਪਿੰਡ ਵਿੱਚ ਤੀਆਂ ਦੇ ਤਿਹਾਰ ਦੀ ਤਿਆਰੀ ਚੱਲ ਰਹੀ ਸੀ ਤੇ ਨਿੰਮੂ ਦੇ ਘਰ ਦੀਆਂ ਸਵਾਈਆਂ ਹੋਈਆਂ ਸੀ ਤੇ ਅੱਜ ਪਿੰਪਲ ਤੇ ਸਭ ਜਾਣੀਆਂ ਨੇ ਇਕੱਠੀਆਂ ਹੋ ਕੇ ਪਿੰਗ ਚ ਉੱਟਣੀ ਸੀ ਨਿੰਬੂ ਦੀ ਸਹੇਲੀ ਭੋਲੀ ਰਾણો ਗੁੱਡੀ ਚੰਨੋ ਸਿੰਦੋ ਸਵਾਈਆਂ ਤਾਂ ਆ ਕੇ ਭੋਲੀ ਨੇ ਨਿੰਮੂ ਦੀ ਬੇਬੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਕਿਹਾ ਨਤਾਈ ਨਿੰਮੂ ਨੇ ਵਖਦੀ ਕਿੱਧਰ ਐ ਲੱਗਦਾ ਆਪਣੇ ਪਰੌਣੇ ਦੀ ਜਾਂਚ ਅੰਦਰ ਪਈਆ ਗੁੱਡੀ ਨੇ ਚੁਟਕੀ ਲੈਂਦੀ ਨੇ ਕਿਹਾ ਤਾਂ ਚੰਨੋ ਸਿੰਦੋ ਹੁਰਾ ਨੇ ਅੱਖਾਂ ਹੀ ਅੱਖਾਂ ਚ ਘੂਰਿਆ ਤਾਂ ਗੁੱਸੇ ਚ ਗੁੱਡੀ ਬਾਹਰ ਆ ਗਈ ਤੇ ਕਿਹਾ ਮੈਂ ਚੱਲੀ ਤੂੰ ਆ ਜਾਣਾ ਲੈ ਕੇ ਅੰਦਰ ਹੀ ਆ ਪੁੱਤ ਨਿੰਮੋ ਮੈਲੋ ਆਪਣੀ ਸਹੇਲੀ ਨੂੰ ਨਿੰਮੋ ਦੀ ਮਾਂ ਨੇ ਉਹਨਾਂ ਸਾਰਿਆਂ ਨੂੰ ਅੰਦਰ ਭੇਜਿਆ ਨਿੰਮੋ ਚੁੱਪਚਾਪ ਮੰਜੇ ਤੇ ਪਈ ਸੀ ਤਾਂ ਭੋਲੀ ਨੇ ਉਸ ਦਾ ਚਿੱਤ ਠੀਕ ਕਰਨ ਲਈ ਕਿਹਾ ਲੈ ਵੇਖ ਤਾਂ ਕਿਵੇਂ ਪਈਆ ਬਾਹਰ ਵੀ ਝਾਕਲਾ ਤੈਨੂੰ ਕੋਈ ਮਿਲਣ ਆਇਆ ਹੈ ਕੁਰਸੀ ਕੋਲ ਰੱਖ ਕੇ ਬੈਠਦੀ ਹੋਈ ਰਾਣੂ ਨੇ ਕਿਹਾ ਵੇਖ ਤਾਂ ਸਹੀ ਲੱਗਦਾ ਸੌਰੇ ਬਾਲਾ ਕੰਮ ਕਰਾਉਂਦੇ ਨੇ ਜੋ ਐਨੇ ਆਰਾਮ ਕਰ ਰਹੀਆਂ ਨਹੀਂ ਨਹੀਂ ਮੈਂ ਤਾਂ ਬਸ ਉਂਝ ਹੀ ਪੈ ਗਈ ਸੀ ਨਿਮੋ ਉੱਠ ਕੇ ਬੈਠ ਗਈ ਲੈ ਤੂੰ ਤਾਂ ਤਿਆਰ ਵੀ ਨਹੀਂ ਹੋਈ ਹਲੇ ਤੀਕ ਉੱਠ ਖੜੀ ਹੋ ਪਾ ਕੱਪੜੇ ਦੱਸ ਕਿੱਥੇ ਰੱਖੇ ਨੇ ਬੈ ਲਿਆ ਮਾਂ ਚੱਕ ਕੇ ਇਨਾ ਕਹਿ ਸਿੰਦੋ ਖੜੀ ਹੋ ਗਈ ਨਹੀਂ ਤੁਸੀਂ ਜਾਓ ਮੈਂ ਨਹੀਂ ਜਾਣਾ ਮੇਰਾ ਚਿੱਤ ਨਹੀਂ ਰਾਜੀ ਨਿੰਮੋ ਬੋਲੀ ਮੈਂ ਸਭ ਜਾਣਦੀਆਂ ਕੱਪੜੇ ਪਾ ਤੇ ਸਾਡੇ ਨਾਲ ਚੱਲ ਨਹੀਂ ਤਾਂ ਅਸੀਂ ਵੀ ਨਹੀਂ ਜਾਣਾ ਚੰਨੋ ਤੇ ਰਾਣੋ ਨੇ ਇੱਕ ਦੂਜੀ ਦੀ ਹਾਂ ਚ ਹਾਂ ਮਿਲਾਉਂਦੇ ਹੋਏ ਕਿਹਾ ਤਾਂ ਨਿੰਮੋ ਅਨਮੰਨੇ ਮਨ ਨਾਲ ਜਾਣ ਲਈ ਤਿਆਰ ਹੋ ਗਈ ਤੇ ਸਭ ਸਖੀਆਂ ਰਲ ਮਿਲ ਕੇ ਪਿੰਗ ਚ ਉੱਟਣ ਜਾ ਲੱਗੀਆਂ ਕੋਈ ਬੋਲੀਆਂ ਪਾ ਪਾ ਕੇ ਇੱਕ ਦੂਜੀ ਸੱਸ ਸਹੁਰੇ ਦੇ ਨੂੰ ਮੇਲੇ ਦਿੰਦੀਆਂ ਤਾਂ ਕੋਈ ਆਪਣੇ ਨਵੇਂ ਵਿਆਹੇ ਵਰ ਦੀਆਂ ਤਾਰੀਫਾਂ ਕਰਦੀਆਂ ਪਰ ਨਿੰਮੋ ਨੂੰ ਨਾ ਖੁਸ਼ੀ ਮਹਿਸੂਸ ਹੁੰਦੀ ਸੀ ਤੇ ਨਾ ਹੀ ਗਮ ਬਸ ਉਹ ਸਵਨਾ ਨਾਲ ਉਹਨਾਂ ਦੀ ਖੁਸ਼ੀ 'ਚ ਸ਼ਾਮਲ ਸੀ ਨਿੰਮੋ ਦਾ ਆਪਣੇ ਨਾਲ ਜੰਮੀ ਪਲੀ ਪੋਲੀ ਨਾਲ ਵਾਵਾ ਪਿਆਰ ਸੀ ਉਹ ਉਸੇ ਹਰ ਇੱਕ ਦੁੱਖ ਸੁੱਖ ਨੂੰ ਸਮਝ ਲੈਂਦੀ ਸੀ ਤੇ ਤੀਆਂ ਵਾਲੇ ਦਿਨ ਵੀ ਸਵਨਾ ਦੇ ਘਰਾਂ ਵਾਪਸੀ ਤੇ ਪੋਲੀ ਨਿੰਮੋ ਕੋਲ ਰੁਕ ਗਈ ਤੇ ਸਿੰਦੂ ਹੱਥ ਸਨੇਹਾ ਕਰ ਕੱਲ ਦਿੱਤਾ ਕਿ ਉਹ ਨਿੰਮੋ ਕੇ ਘਰ ਆ ਥੋੜੀ ਦੇਰ ਤੱਕ ਆਵੇਗੀ ਦੋਨੋਂ ਜਣੀਆਂ ਅੰਦਰ ਬੈਠ ਗਈਆਂ ਤੇ ਆਪਸ ਚ ਆਪਣੇ ਸਹੁਰੇ ਘਰਾਂ ਦੇ ਦੁੱਖ ਸੁੱਖ ਸਾਂਝੇ ਕਰਨ ਲੱਗ ਪਈਆਂ ਇੱਕ ਗੱਲ ਤਾਂ ਚੰਗੀ ਹੋਈ ਤੇਰੇ ਨਾਲ ਕੋਈ ਨੰਦ ਨਹੀਂ ਆ ਮੇਰੇ ਤਾਂ ਚਾਰ-ਚਾਰ ਨੇ ਪੁੱਛਣਾ ਹੱਸਦੇ ਹੋਏ ਨਿੰਮੂ ਨੇ ਕਿਹਾ ਇਹਦੇ ਚ ਕੀ ਚੰਗਾ ਹੋਇਆ ਭਲਾ ਸੁੱਖ ਨਾਲ ਤੈਨੂੰ ਰੋਜ਼ ਆਉਣਾ ਜਾਣਾ ਲੱਗਿਆ ਰਿਹਾ ਕਰੂ ਤੇ ਵਿੜੇ ਚ ਰੌਣਕਾਂ ਹੀ ਰੌਣਕਾਂ ਅੱਛਾ ਫਿਰ ਇੰਜ ਕਰਦੇ ਆ ਮੇਰੀਆਂ ਦੋ ਆਨੰਦਾਂ ਨਾਲ ਤੂੰ ਵਰਤੀ ਚੱਲ ਤੇ ਦੋ ਨਾਲ ਮੈਂ ਤੇ ਦੋਨੋਂ ਜੜੀਆਂ ਹੱਸਣ ਲੱਗ ਪਈਆਂ ਤੇ ਨਿੰਮੂ ਦਾ ਹਾਸਾ ਸੁਣ ਉਸਦੀ ਮਾਂ ਬਾਹਰ ਬੂਹੇ ਅੱਗੇ ਖੜ੍ਹ ਵੇਖ ਕੇ ਤਰਤੀ ਨੂੰ ਨਮਸਕਾਰ ਕੀਤਾ ਕਿ ਰੱਬਾ ਨਿੰਮੂ ਦੇ ਮੂੰਹ ਤੇ ਵਿਹਾਸ ਵਾਪਸ ਪਰਤਾਇਆ ਤੇ ਇਹਨਾਂ ਵੇਕ ਬੇਬੇ ਨੇ ਪਿੱਠ ਮੋੜੀ ਸੀ ਕਿ ਭੋਲੀ ਨੇ ਆਵਾਜ਼ ਮਾਰ ਅੰਦਰ ਬੁਲਾ ਲਿਆ ਤੇ ਕਿਹਾ ਲੈ ਤਾਈ ਬਾਰੋਂ-ਬਾਰੋਂ ਇਹ ਮੁਰਚਲੀ ਸੀ ਅੰਦਰ ਬਹਿ ਜਾ ਦੋ ਘੜੀ ਸਾਡੇ ਨਾਲ ਨਾਲੇ ਸਾਨੂੰ ਵੀ ਦੱਸ ਦੇ ਜ਼ਿੰਦਗੀ ਦੇ ਗੁਰ ਕੋਈ ਸਾਡੇ ਕੰਮ ਆਉਣ ਲੇ ਦਾਸ ਜੀ ਮੈਂ ਤੈਨੂੰ ਕੀ ਗੁਰ ਦੱਸਣੇ ਨੇ ਸਮਾਂ ਤੇ ਬੰਦੇ ਤੇ ਪੈਂਦੀ ਚੰਗੇ ਮਾੜੇ ਹਾਲਾਤ ਸਭ ਕੁਝ ਸਿਖਾ ਦਿੰਦੇ ਨੇ ਮੇਰੀ ਇਹ ਰਾਣੀ ਉਹ ਧੀਓ ਇਨਾ ਕਹਿ ਨਿੰਮੋ ਦੀ ਬੀਬੀ ਉਹਨਾਂ ਦੇ ਕੋਲ ਹੀ ਮੰਜੇ ਦੇ ਦੌਣ ਵਾਲੇ ਪਾਸੇ ਬੈਠ ਗਈ ਬਸ ਤਾਈ ਇਹੀ ਤਾਂ ਗੱਲ ਆ ਸਾਰੀ ਮੇਰੇ ਸਹੁਰੇ ਪਿੰਡ ਦੀ ਕੁੜੀ ਆ ਸਾਡੇ ਗਵਾਂਢ ਚੋਂ ਉਸ ਨਾਲ ਵੀ ਵਿਆਹ ਤੋਂ ਬਾਅਦ ਨਿੰਮੋ ਵਾਲੀ ਹੀ ਹੋਈ ਪਰ ਹੁਣ ਖੁਸ਼ ਆ ਮੈਂ ਵੀ ਨਿੰਮੋ ਕੋਲ ਇਹੀ ਗੱਲ ਕਰ ਰਹੀ ਸੀ ਕਿ ਗਮ ਨਾ ਕਰਿਆ ਕਰੇ ਸਮੇਂ ਨਾਲ ਸਭ ਠੀਕ ਹੋ ਜਾਣਾ ਹੈ ਦੇਖ ਲਈ ਚਲੋ ਤੁਸੀਂ ਬੈਠੋ ਮੈਂ ਤਾਂ ਮੱਜਾਂ ਖੜੀਆਂ ਵੇਖਦੀਆਂ ਤਾਰਾਂ ਵੀ ਕੱਢਣੀਆਂ ਪੱਠੇ ਪਾਦੇ ਆਂ ਜਾ ਕੇ ਇਹਨਾਂ ਕਾ ਨਿੰਮੋ ਦੀ ਬੀਬੀ ਉੱਥੋਂ ਚਲੀ ਗਈ ਚਲ ਦੱਸ ਹੁਣ ਨਿੰਮੋ ਪ੍ਰੇਮ ਤੇ ਜੋਦੇ ਦੋਨਾਂ 'ਚ ਤੈਨੂੰ ਕੀ ਫਰਕ ਲੱਗਦਾ ਜੋ ਐਵੇਂ ਦਿਲ ਸੁੱਟ ਕੇ ਬੈਠੀ ਆਂ ਭੋਲੀ ਨੇ ਪੁੱਛਿਆ ਇਹੋ ਜਿਹਾ ਤਾਂ ਕੁਝ ਨਹੀਂ ਪਰ ਜੋਦਾ ਪ੍ਰੇਮ ਵਰਗਾ ਨਹੀਂ ਬਣ ਸਕਦਾ ਮੈਂ ਇੱਕ ਮਹੀਨੇ 'ਚ ਜਿਹੜੀ ਜ਼ਿੰਦਗੀ ਪ੍ਰੇਮ ਨਾਲ گزار ਲਈ ਉਹ ਸਦੀਆਂ ਵਰਗੀ ਆ ਨਿੰਮੋ ਨੇ ਅੱਖਾਂ ਪਰ ਕੇ ਕਿਹਾ ਕੀ ਜੋਦਾ ਕਿਉਂ ਨਹੀਂ ਪ੍ਰੇਮ ਬਣ ਸਕਦਾ ਹੋ ਸਕਦਾ ਸਮਾਂ ਪਾ ਕੇ ਉਹ ਸਭ ਮੰਨ ਜਾਵੇ ਭੋਲੀ ਨੇ ਫਿਰ ਸਮਝਾਇਆ ਚਲ ਜਦ ਕੱਲ ਆਉ ਉਹ ਦੇਖੀ ਜਾਊਗੀ ਹੁਣ ਤੂੰ ਆਪਣੀ ਸੁਨਾ ਮੇਰੀਆਂ ਸਭ ਸੁਣ ਲਈਆਂ ਕਹਿੰਦਿਆਂ ਹੋਇਆਂ ਦੋਨੋਂ ਹੱਸਣ ਲੱਗ ਪਈਆਂ ਸੌਣ ਦਾ ਮਹੀਨਾ ਖਤਮ ਹੋਣ ਵਾਲਾ ਸੀ ਭੋਲੀ ਤੇ ਨਿੰਮੂ ਦਾ ਰੋਜ਼ ਦਾ ਮੇਲਜੋਲ ਨਿੰਮੂ ਨੂੰ ਉਸਤੇ ਲੱਗੀ ਛੱਟ ਤੋਂ ਬਾਹਰ ਲਿਆ ਰਿਹਾ ਸੀ ਤੇ ਅੱਜ ਭੋਲੀ ਨੂੰ ਉਸਦਾ ਪਰੌਣਾ ਲੈਣ ਆ ਗਿਆ ਸੀ ਤੇ ਹੋ ਛੇਤੀ ਛੇਤੂ ਨਿੰਮੋ ਨੂੰ ਮਿਲਕੇ ਚਲੀਏ ਕੱਲ ਆਉਣਾ ਪੁੱਤ ਤੇਰੇ ਸਹੁਰਿਆਂ ਨੇ ਤੈਨੂੰ ਲੈਣ ਲਈ ਕਰ ਲੈ ਤੂੰ ਵੀ ਆਪਣੀ ਤਿਆਰੀ ਇਹਨਾਂ ਕਾ ਨਿੰਮੋ ਦੀ ਬੀਬੀ ਅੰਦਰ ਨੂੰ ਚਲ ਗਈ ਸ਼ਾਮ ਪਈ ਤੇ ਸਵੇਰ ਹੋ ਗਈ ਜਦ ਸਾਡਾ ਮਾਹੀ ਨਾ ਬੋਲੋ ਸਾਡੇ ਲਈ ਹਨੇਰ ਹੋ ਗਈ ਸਵੇਰ ਹੁੰਦੇ ਹੀ ਨਿੰਮੋ ਨੇ ਆਪਣੇ ਸਭ ਕੰਮ ਕਾਜ ਨੇ ਮੇੜ ਲੇ ਤੇ ਉਸਾ ਸਹੁਰਾ ਪਰਿਵਾਰ ਉਸ ਨੂੰ ਲੈਣ ਲਈ ਪੁੱਜ ਗਿਆ ਬੇਬੇ ਬਾਪੂ ਤੇ ਜੋਦਾ ਵੀ ਨਾਲ ਹੀ ਸੀ ਪਰ ਉਦਾਸ ਸ਼ਾਇਦ ਬੇਬੇ ਬਾਪੂ ਨੇ ਮਸੀ ਮਨਾਇਆ ਹੋਣਾ ਹੈ ਸਵਨਾ ਚਾਹ ਪਾਣੀ ਸ਼ਿਕਾ ਕੇ ਰੋਟੀ ਟੁਕ ਬਣਾਉਣ ਲੱਗ ਪਈ ਸੀ ਨਿੰਮੂ ਅੱਜ ਭੈਣ ਜੀ ਮੈਨੂੰ ਨਿੰਮੂ ਚ ਪਹਿਲਾਂ ਨਾਲੋਂ ਜ਼ਿਆਦਾ ਫਰਕ ਮਹਿਸੂਸ ਹੋ ਰਿਹਾ ਨਿੰਮੂ ਦੀ ਸੱਸ ਗੇਲੋਂ ਨੇ ਨਿੰਮੂ ਦੀ ਬੀਬੀ ਨੂੰ ਕਿਹਾ ਹਾਂ ਭੈਣ ਹੌਲੀ ਹੌਲੀ ਕੁੜੀ ਸੰਭਲ ਰਹੀ ਆ ਰੱਬ ਇਹਨਾਂ ਦੇ ਘਰ ਨੂੰ ਭਾਗ ਲਾਵੇ ਆਪਣੇ ਦੋਵੇਂ ਹੱਥ ਜੋੜ ਕੇ ਬੋਲੀ ਨਿੰਮੂ ਦੀ ਬੀਬੀ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਸਭ ਤਿਆਰੀ ਕਰ ਲਈ ਗਈ ਤੇ ਨਿੰਮੂ ਨੂੰ ਉਸਦੇ ਸਹੁਰੇ ਘਰ ਵਿਦਾ ਕਰ ਦਿੱਤਾ। ਅੱਜ ਨਿੰਮੂ ਆਪਣੀਆਂ ਸੁਪਨਿਆਂ ਦੀ ਇੱਕ ਨਵੀਂ ਉਡਾਰੀ ਭਰ ਕੇ ਉੱਡ ਚੱਲੀ ਸੀ ਤਾਂ ਕਿ ਆਉਣ ਵਾਲਾ ਸਮਾਂ ਉਸਦੇ ਲਈ ਹੋਰ ਵੀ ਸੁਖਾਲਾ ਹੋਵੇ। ਪਰ ਰਾਬੀ ਜਾਣਦਾ ਸੀ ਕਿ ਸਮਾਂ ਆਪਣੀ ਬੁੱਕ ਚ ਕੀਲ ਕੋਈ ਬੈਠਾ ਸੀ। ਨਿੰਮੂ ਨੂੰ ਹੁਣ ਆਪਣਾ ਸਹੁਰਿਆਂ ਦਾ ਪਰਿਵਾਰ ਪੇਕੇ ਘਰ ਦੀ ਤਰ੍ਹਾਂ ਹੀ ਮਹਿਸੂਸ ਹੁੰਦਾ ਸੀ। ਉਹ ਆਪਣੇ ਸਾਰੇ ਕੰਮਕਾਜ ਆਪ ਕਰਦੀ ਸੱਸ ਗੇਲ ਨੂੰ ਨੇੜੇ ਨਾ ਲੱਗਣ ਦਿੰਦੀ। ਨਾਲੇ ਉਸ ਦਾ ਆਪਣਾ ਮਨ ਪਰਚਿਆ ਰਹਿੰਦਾ। ਕਾਰ ਦੇ ਕਮਾਕਾਰਾਂ ਚ ਇੱਕ ਇੱਕ ਕਰਕੇ 2 ਸਾਲ ਬੀਤ ਗਏ ਸੀ ਜੋਦੇ ਤੇ ਨਿੰਮੋ ਦੇ ਵਿਆਹ ਨੂੰ ਪਰ ਜੋਦੇ ਨੇ ਕਦੇ ਹਾਂ ਹੂੰ ਤੋਂ ਬਿਨਾ ਤੇ ਰੋਟੀ ਖਾਣੇ ਪਾਣੀ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਸੀ ਕੀਤੀ ਕਦੇ ਪਰ ਨਿੰਮੋ ਵੀ ਹਾਰ ਨਹੀਂ ਸੀ ਮੰਨਣਾ ਚਾਹੁੰਦੀ ਉਹਨੂੰ ਉਮੀਦ ਸੀ ਕਿ ਜਿਵੇਂ ਬੇਬੇ ਬਾਪੂ ਦੀ ਉਹ ਲਾਡਲੀ ਬਣ ਗਈ ਆ ਕਦੇ ਜੋਦਾ ਵੀ ਉਸਨੂੰ ਪਿਆਰ ਤੇ ਆਪਣਤ ਵਾਲੀ ਅੱਖ ਨਾਲ ਜ਼ਰੂਰ ਵੇਖੇਗਾ ਇਸ ਵਾਰੇ ਜੋਦਾ 10ਵੀਂ ਚ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਬੇਬੇ ਬਾਪੂ ਨੇ ਸੋਚਿਆ ਕਿ ਉਹ ਹੁਣ ਘਰ ਦੇ ਕੰਮਾਂ ਕਰਾਂ ਚ ਹੱਥ ਵਟਾਊਗਾ ਪਰ ਜੋਦਾ ਅੱਗੇ ਦੀ ਪੜ੍ਹਾਈ ਕਰ ਲਈ ਸ਼ਹਿਰ ਜਾਣਾ ਚਾਹੁੰਦਾ ਸੀ ਤੇ ਅੱਜ ਸ਼ਹਿਰ ਜਾਣ ਦੀ ਜਿੱਦ ਪਿੱਛੇ ਜੋਦੇ ਤੇ ਬਾਪੂ ਵਿੱਚ ਬਹੁਤ ਲੰਮੀ ਟਕਰਾਅ ਹੋ ਗਏ ਮੈਂ ਜੋ ਕਹਿਣਾ ਸੀ ਕਹਿ ਦਿੱਤਾ ਤੂੰ ਹੁਣ ਅੱਗੇ ਨਹੀਂ ਪੜੇਂਗਾ ਬਾਪੂ ਨੇ ਕੜਕਵੀ ਆਵਾਜ਼ ਚ ਕਿਹਾ ਪਰ ਬਾਪੂ ਮੈਨੂੰ ਵੀ ਅਨਪੜ੍ਹੀ ਰੱਖ ਲੈਂਦੇ ਜੇ ਦੱਸ ਤੂੰ ਅੱਗੇ ਨਹੀਂ ਸੀ ਪੜਾਉਣਾ ਜੋਦਾ ਬੋਲਿਆ ਪਰ ਹੋਂ ਤੱਕ ਕਿਹੜੀ ਨੌਕਰੀ ਤੇ ਲੱਗਣਾ ਕਰਨੀ ਤਾਂ ਖੇਤੀ ਆ ਚਾਰਨੀਆਂ ਤਾਂ ਮੱਝਾਂ ਹੀ ਨੇ ਫਿਰ ਸ਼ਹਿਰ ਵੱਲ ਕੀ ਕਰਨ ਜਾਣਾ ਬਾਪੂ ਨੇ ਫਿਰ ਕਿਹਾ ਮੈਂ ਤਾਂ ਪ੍ਰਤਾਪੀ ਪੂਆ ਜੀ ਨੂੰ ਚਿੱਠੀ ਪਾ ਦਿੱਤੀ ਆ ਲਿਖ ਦਿੱਤਾ ਕਿ ਮੈਨੂੰ ਆ ਕੇ ਲੈ ਜਾਓ ਮੈਂ ਉਹਨਾਂ ਕੋਲ ਰਹਿ ਕੇ ਪੜਨਾ ਜੋਦੇ ਨੇ ਮੁੱਕਦੀ ਗੱਲ ਮੁਕਾ ਦਿੱਤੀ ਮੈਂ ਕਿਹਾ ਰਹਾ ਜੇ ਸਾਹਮ ਹੁੰਦਾ ਸਾਹਮ ਲੋ ਇਸ ਨੂੰ ਨਹੀਂ ਕਿਸੇ ਨੂੰ ਹੋਰ ਲਿਆ ਸਿਰ ਵਠਾ ਦੂ ਸ਼ਹਿਰ ਵਾਲੀ ਨੂੰ ਸੁਣਦੀਆਂ ਮੇਰੀ ਗੱਲ ਜੋਦੇ ਦੀ ਮਾਂ ਗੇਲੋ ਨੂੰ ਸੁਣਾਉਂਦਾ ਹੋਇਆ ਬਾਪੂ ਉੱਚੀ ਦੀਨੇ ਬੋਲਿਆ ਤੇ ਆਪਣੇ ਡਾਂਗ ਚੱਕ ਘਰੋਂ ਬਾਹਰ ਹੋ ਗਿਆ ਨਿੰਮੋ ਚੇਤੂਚ ਬੈਠੀ ਸਭ ਕੁਝ ਵੇਖ ਹੀ ਰਹੀ ਸੀ ਤੇ ਸੁਣ ਵੀ ਰਹੀ ਸੀ ਚੋਦਾ ਹੁਣ ਪਹਿਲਾਂ ਨਾਲੋਂ ਪਰਮੇ ਸਰੀਰ ਵਾਲਾ ਹੋ ਗਿਆ ਸੀ ਤੇ ਮੁੱਛਾਂ ਤੇ ਥੋੜੀ ਥੋੜੀ ਦਾੜੀ ਵੀ ਆਣੀ ਸ਼ੁਰੂ ਹੋ ਚੁੱਕੀ ਸੀ ਕੁੱਲ ਮਿਲਾ ਕੇ ਇੱਕ ਵਾਰ ਵੇਖਣ ਚ ਉਹ ਆਪਣੇ ਪ੍ਰਾਪ ਰੇਮ ਵਰਗਾ ਹੀ ਜਾਪਦਾ ਸੀ ਬੇਬੇ ਨੇ ਕੋਲ ਆ ਕੇ ਨਿੰਮੋ ਦੀ ਬਿਰਤੀ ਤੋੜਦੇ ਕਿਹਾ ਨਿੰਮੋ ਹੁਣ ਤੂੰ ਹੀ ਕੁਝ ਕਰ ਉਸ ਨੂੰ ਜਾਣ ਤੋਂ ਰੋਕ ਲੈ ਨਹੀਂ ਤਾਂ ਸ਼ਾਇਦ ਤੇਰੇ ਲਈ ਹੋਰ ਮਾੜਾ ਸਮਾਂ ਨਾ ਬਣ ਜਾਏ ਬੇਬੇ ਨੇ ਕਿਹਾ ਬੇਬੇ ਜੀ ਮੈਂ ਮੈਂ ਕੀ ਕਹਾਂਗੀ ਜਦੋਂ ਬਾਪੂ ਜੀ ਵੀ ਨਹੀਂ ਸੁਣ ਰਿਹਾ ਨਿੰਮੋ ਨੇ ਮਨਾ ਕਰ ਦੇ ਕਿਹਾ ਇੱਕ ਵਾਰ ਕੋਸ਼ਿਸ਼ ਕਰਨ ਚ ਕੀ ਹਾਰ ਜਾ ਕੀ ਪਤਾ ਮੰਨ ਨਹੀਂ ਜਾਵੇ ਅੱਜ ਜਦ ਸ਼ਾਮ ਦੀ ਰੋਟੀ ਲੈ ਕੇ ਜਾਵੇਂਗੀ ਤਾਂ ਗੱਲ ਕਰਕੇ ਦੇਖੀ ਬੇਬੇ ਨੇ ਸਮਝਾਉਂਦੇ ਹੋਏ ਕਿਹਾ ਨਿੰਮੋ ਨੇ ਹਨਮਨ ਨੇ ਜੇ ਮਨ ਨਾਲ ਹਾਂ ਕਰ ਦਿੱਤੀ ਪਰ ਨਹੀਂ ਸੀ ਪਤਾ ਉਸ ਨੇ ਜੋਦੇ ਨਾਲ ਗੱਲ ਕਿਵੇਂ ਕਰਨੀ ਆ ਰੋਟੀ ਵਾਲੀ ਥਾਲੀ ਮੰਝੇ ਤੇ ਰੱਖ ਕੇ ਕੋਲ ਬੈਠਦੀ ਹੋਈ ਨਿੰਮੋ ਨੇ ਕਿਹਾ ਲਓ ਮੈਂ ਅੱਜ ਕੜੀ ਬਣਾਈ ਸੀ ਖਾ ਕੇ ਦੱਸੋ ਕਿਵੇਂ ਦੀ ਬਣੀ ਆ ਬੇਬੇ ਕਹਿੰਦੇ ਸੀ ਤੁਹਾਨੂੰ ਬਹੁਤ ਪਸੰਦ ਆ ਆਪਣੇ ਹੱਥ ਨਾਲ ਤੋੜ ਕੇ ਬੁਰਕੀ ਮੂੰਹ 'ਚ ਪਾਉਂਦੇ ਨਿੰਮੋ ਨੇ ਕਹਿ ਰਹੀ ਸੀ ਨਿੰਮੋ ਦਾ ਹੱਥ ਫੜ ਕੇ ਬੁਰਕੀ ਉਸ ਤੇ ਹੀ ਮੂੰਹ 'ਚ ਪਾਉਂਦੇ ਕਿਹਾ ਨਾ ਨਾ ਪਹਿਲਾਂ ਤੂੰ ਕਹਿੰਦੇ ਹੋਏ ਨਿੰਮੋ ਦੇ ਮੂੰਹ 'ਚ ਬਰਕੀ ਪਾ ਦਿੱਤੀ ਹੁਣ ਮੈਂ ਆਪ ਖਵਾਉਣਾ ਤੈਨੂੰ ਰੋਟੀ ਰੋਜ਼ ਹੀ ਤੂੰ ਹੀ ਤਾਂ ਮੈਨੂੰ ਰੋਟੀ ਖਵਾਉਣੀ ਐ ਕਹਿੰਦੇ ਹੋਏ ਦੋਨੋਂ ਹੱਸਣ ਲੱਗ ਪਏ ਤੇ ਕਿੰਨੀ ਦੇਰ ਤੱਕ ਹਨੇਰੀ ਰਾਤ 'ਚ ਚਮਕਦੇ ਤਾਰੇ ਵੇਖਦੇ ਰਹੇ ਤੇ ਨਿੰਮੋ ਹਾਸੇ ਰਹੀ ਅਚਾਨਕ ਇੱਕ ਆਵਾਜ਼ ਨੇ ਨਿੰਮੋ ਨੂੰ ਚਿੰਝ ਉਡ ਦਿੱਤਾ ਨਿੰਮੋ ਉੱਠ ਪੁੱਤ ਆ ਗਿਆ ਏ ਜੋਦਾ ਰੋਟੀ ਪਾ ਕੇ ਖਵਾ ਨਾਲੇ ਗੱਲ ਕਰ ਲੈ ਨਿੰਮੋ ਉੱਠੀ ਤੇ ਰੋਟੀ ਵਾਲੀ ਥਾਲੀ ਲਾਉਣ ਲੱਗੀ ਤੇ ਆਪਣੇ ਚੇਤੇ 'ਚ बसे ਪ੍ਰੇਮ ਨੂੰ ਯਾਦ ਕਰ ਫਿਰ ਅੱਖਾਂ ਪਰ ਲਈਆਂ ਜੋਦੇ ਨੇ ਆਪਣੇ ਕਮਰੇ 'ਚ ਇੱਕ ਕੁਰਸੀ ਟੇਬਲ ਰੱਖਿਆ ਹੋਇਆ ਸੀ ਜਿਸ 'ਤੇ ਉਸਨੇ ਆਪਣੀਆਂ ਸਭ ਕਿਤਾਬਾਂ ਚਿੰਕੀ ਰੱਖੀਆਂ ਹੋਈਆਂ ਸੀ ਜਾਂ ਇੰਜ ਕਹਿ ਲਓ ਕਿ ਨਿੰਮੋ ਆਪਸ ਫਾਈ ਕਰਦੀ ਹੋਈ ਰੋਜ਼ ਹਰ ਚੀਜ਼ ਨੂੰ ਉਸਦੀ ਜਗ੍ਹਾ ਤੇ ਟਿਕਾ ਕੇ ਰੱਖਦੀ ਸੀ ਬੂਹੇ ਕੋਲ ਜਾ ਬੂਹਾ ਖੜਕਾ ਕੇ ਨਿੰਮੋ ਨੇ ਕਿਹਾ ਰੋਟੀ ਤਿਆਰ ਹੈ ਪਹਿਲਾਂ ਰੋਟੀ ਖਾ ਲੈਂਦੇ ਟੇਬਲ ਤੇ ਬੈਠੇ ਕਿਸੇ ਕਾਗਜ਼ ਤੇ ਕੁਝ ਲਿਖ ਰਹੀ ਜੋਦੇ ਨੂੰ ਨਿੰਮੂ ਨੇ ਕਿਹਾ ਰੱਖ ਦਿਓ ਮੈਂ ਆਪੇ ਖਾ ਲਵਾਂਗਾ ਤੁਸੀਂ ਜਾਓ ਜੋਦੇ ਨੇ ਨਿੰਮੂ ਵੱਲ ਬਿਨ ਵੇਖੀ ਕਿਹਾ ਤੇ ਕਾਗਜ਼ ਨੂੰ ਆਪਣੇ ਹੱਥਾਂ 'ਚ ਇਕੱਠਾ ਕਰ ਲਿਆ ਮੰਜੇ ਤੇ ਰੋਟੀ ਵਾਲਾ ਥਾਲ ਰੱਖ ਕੇ ਬੈਠਦੀ ਹੋਈ ਨਿੰਮੂ ਨੇ ਫਿਰ ਕਿਹਾ ਮੈਂ ਸਭ ਜਾਣਦੀ ਹਾਂ ਜੋਦੇ ਤੂੰ ਭਾਵੇਂ ਨਾਂ ਵੀ ਦੱਸੇ ਸਭ ਪਤਾ ਮੈਨੂੰ ਕਿ ਤੂੰ ਆਪਣੇ ਇਸ ਵਿਆਹ ਤੋਂ ਖੁਸ਼ ਨਹੀਂ ਆ ਪਰ ਇਸ ਵਿੱਚ ਦੱਸ ਮੇਰਾ ਕੀ ਕਸੂਰ ਸੀ ਜੋ ਹੰਤੂ ਸਾਨੂੰ ਸਭ ਨੂੰ ਇਕੱਲਿਆਂ ਛੱਡ ਜਾਣਾ ਚਾਹਨਾ ਸਿਰਫ ਮੇਰੇ ਕਰਕੇ ਹੈਨਾ ਮੈਨੂੰ ਪਤਾ ਤੂੰ ਮੈਨੂੰ ਆਪਣੇ ਦਿਲ 'ਚ ਕਦੇ ਨਹੀਂ ਜਗ੍ਹਾ ਦੇਵੇਂਗਾ ਪਰ ਇੰਚ ਬੇਬੇ ਬਾਪੂ ਤੋਂ ਨਾ ਦੂਰ ਹੋ ਉਹ ਤਾਂ ਪਹਿਲਾਂ ਹੀ ਆਪਣਾ ਇੱਕ ਪੁੱਤ ਕਦੇ ਨਾ ਮੁੜ ਕੇ ਆਉਣ ਵਾਲੀ ਪਰਦੇਸ ਚ ਤੋੜ ਚੁੱਕੇ ਨੇ ਨਿੰਮੂ ਦੇ ਕਲ ਸੁਣ ਜੋਦੇ ਨੇ ਅੱਖਾਂ ਪਰ ਲਈਆਂ ਤੇ ਆਪਣੀ ਕੁਰਸੀ ਤੋਂ ਉੱਠ ਖੜਾ ਹੋਇਆ ਮੈਂ ਜਾਣਦਾ ਹਾਂ ਜੋ ਸਜ਼ਾ ਆਪਾਂ ਦੋਨਾਂ ਨੂੰ ਮਿਲੀ ਆ ਇਸ ਦਾ ਕੋਈ ਹੱਲ ਨਹੀਂ ਆ ਪਰ ਹਰ ਕੋਈ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀਣਾ ਚਾਹੁੰਦਾ ਫਿਰ ਤੂੰ ਮੈਂ ਕਿਉਂ ਨਹੀਂ ਜੀ ਸਕਦੇ ਆਪਣੇ ਖੋਖਲੇ ਰੀਤੀ ਰਿਵਾਜ ਲੈ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਪੂਰਾ ਨਾਵਲ ਸੁਣਨ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦਾ ਨਾਵਲ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ ਜੀ